ਨਾਭਾ 'ਚ ਇੱਕ ਟੈਂਪੂ ਪਲਟਣ ਨਾਲ ਕੁਝ ਲੋਕਾਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਜਾਣਕਾਰੀ ਮੁਤਾਬਕ ਇਹ ਲੋਕ ਆਨੰਦਪੁਰ ਸਾਹਿਬ ਮੱਥਾ ਟੇਕਣ ਲਈ ਜਾ ਰਹੇ ਸਨ ਕਿ ਰਸਤੇ ਵਿੱਚ ਉਹਨਾਂ ਨਾਲ ਇਹ ਹਾਦਸਾ ਵਾਪਰ ਗਿਆ ਹੈ। ਜ਼ਖਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰਾਂ ਦੇ ਮੁਤਾਬਕ ਕੁੱਲ ਉਹਨਾਂ ਕੋਲ 24 ਤੋਂ 25 ਮਰੀਜ਼ ਇੱਥੇ ਪਹੁੰਚੇ ਹਨ, ਜਿਨ੍ਹਾਂ ਵਿੱਚ ਕਈ ਬੱਚੇ ਸ਼ਾਮਲ ਹਨ। ਸਪੀਡ ਕਾਫੀ ਸੀ ਜੀ, ਤੇਜ਼ ਅੱਗੇ ਕੁਛ ਵੀ ਨਹੀਂ ਆਇਆ ਸੀਗਾ ਜੀ। ਸਵਾਰੀਆਂ ਹੋਵਾਂਗੇ ਬੱਚੇ ਦੀ ਜੀ, ਬੱਚਿਆਂ ਸਣੇ ਜੀ, ਟੈਂਪੂ ਸੀਗਾ ਜੀ। ਹਾਂਜੀ, ਮਾਝੀ ਪਿੰਡ ਤੋਂ ਜੀ। ਹਾਂਜੀ, ਨਾ ਜੀ ਹਰ ਇੱਕ ਸਾਲ ਜਾਂਦੇ ਹੁੰਦੇ ਹਾਂ ਜੀ। ਬੱਚੇ ਵੀ ਖਾਸ ਨੇ ਜੀ, 10-15 ਵਾਸਤੇ ਹੋਣਗੇ ਜੀ, ਛੋਟੇ ਛੋਟੇ ਸਾਰੇ ਆ। ਲੇਡੀਜ਼ ਉਹਨਾਂ ਦੇ ਮਦਰ ਨਾਲ ਨੇ ਜੀ। ਪੱਤਾ ਖਾਇਆ ਉਹਨੇ ਗੱਡੀ 'ਚ, ਵੀ ਨਸ ਦੇ ਪੱਤਾ ਖਾ ਕੇ ਚਲਾਈ ਉਹਨੇ ਗੱਡੀ। ਮਾਝੀ ਤੋਂ ਆਏ ਵੀਰੇ ਅਸੀਂ, ਅਸੀਂ ਬਾਬੇ ਜਾਣਾ ਸੀ ਆਨੰਦਪੁਰ ਕੇਸੋਂ। ਬਹੁਤ ਹੀ ਸਵਾਰੀ ਵੀਰੇ, 25 ਸਵਾਰੀਆਂ ਤੀਆਂ, ਬੱਚੇ 8-9 ਬੱਚੇ ਨੇ, ਵੱਧੇ ਹੋਣੇ ਬੱਚਾ। ਜਮੀ ਸਿਰੇ ਤੱਕ ਘਿਸਰਦੀ ਗਈ ਹੈ ਵੀਰੇ। ਹਾਂ ਤੇਜ਼ ਸੀ ਵੀਰੇ ਗੱਡੀ, ਬੈਨ ਜੀ ਤੀਜੀ ਜੀਪ ਜੀ ਹੁੰਦੀ ਆ ਮੂਹਰੇ। ਮੇਰਾ ਨਾਮ ਗੁਰਪ੍ਰੀਤ ਹੈ ਜੀ, ਮਾਝੀ ਤੋਂ। ਮੈਂਬਰ ਕਾਫੀ ਨੇ ਜੀ, ਇੱਥੇ ਆਨੰਦਪੁਰ ਸਾਹਿਬ ਆਨੰਦਪੁਰ ਕੇਸੋਂ ਜਾ ਰਹੇ ਸੀ ਜੀ। ਉੱਥੇ ਅਚਾਨਕ ਕਿਤੇ ਭਾਰਸੋਂ ਕੋਲ ਇਹਨਾਂ ਦਾ ਅਚਾਨਕ ਪਲਟ ਗਈ ਗੱਡੀ, ਉਹਦੇ ਨਾਲ ਹੋ ਗਿਆ ਜੀ। ਅੱਜ ਤਾਂ ਉਰੇ ਕੰਮ ਕਰਦੇ ਚੌਂਕ ਦੇ ਦਿਹਾੜੀ 'ਤੇ ਜੀ, ਉੱਥੋਂ ਮੈਨੂੰ ਲਿਆਂਦਾ ਜੀ। ਸਾਨੂੰ ਤਾਂ ਇਹ ਪਤਾ ਲੱਗਿਆ ਵੀ ਕੋਈ ਬੱਸ ਕਿਸੇ ਜਗ੍ਹਾ ਨੇੜੇ ਨਾਭੇ ਦੇ ਪਲਟੀ ਹੈ, ਅਤੇ ਉਹ ਪੇਸ਼ੈਂਟ ਸਾਰ ਰਿਹਾ, ਪੇਸ਼ੈਂਟ ਨੂੰ ਅਸੀਂ ਫਸਟ ਏਡ ਦੇ ਰਹੇ ਹਾਂ। 24-25 ਪੇਸ਼ੈਂਟ ਹੈਗੇ ਆ ਸਾਡੇ, ਤਕਰੀਬਨ ਹੈਗੇ 7-8 ਬੱਚੇ ਹੈਗੇ ਆ ਸੀਰੀਅਸ, ਸਭ ਨੂੰ ਅਸੀਂ ਫਸਟ ਏਡ ਦੇ ਰਹੇ ਹਾਂ। ਉਸ ਤੋਂ ਬਾਅਦ ਐਕਸਰੇ ਕਰਾ ਕੇ ਫਿਰ ਦੇਖਦੇ ਹਾਂ ਕਿਹੜੇ ਸੀਰੀਅਸ ਹੈ। ਮੇਜਰ ਠੁਕਿਆ ਹੋਇਆ ਸਾਰੇ, ਕਿਸੇ ਦੇ ਮੋਢੇ 'ਤੇ ਹੈ, ਕਿਸੇ ਦੇ ਲੱਤ 'ਤੇ ਹੈ। ਨਹੀਂ, ਹਾਲੇ ਇਸ ਟਾਈਮ ਤਾਂ ਠੀਕ ਲੱਗ ਰਿਹਾ। ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।